ਇਸ ਸਵੇਰੇ ਰੋਮਾਣਾ ਅਜੀਤ ਸਿੰਘ ਪਿੰਡ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਗੋਰਾ ਰੋਮਾਣਾ ਅਜੀਤ ਸਿੰਘ ਪਿੰਡ ਦਾ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਹੁਣ ਚਾਰਾਂ ਦੇ ਵਿੱਚੋਂ ਵੇਖਣਾ ਵੀ ਜਾਫੀ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੋਇਆ ਮੀਰਪੁਰ ਪਿੰਡ ਦਾ ਤੇ ਪੁਆਇੰਟ ਜ਼ਿਲ੍ਹੇ ਬਠਿੰਡੇ ਦਾ ਇਹ ਨੌਜਵਾਨ ਮੇਰੇ ਵੀਰੋ ਗੋਰਾ ਰੋਮਾਣਾ ਅਜੀਤ ਸਿੰਘ ਪਿੰਡ ਦਾ ਗੱਭਰੂ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ। ਜੰਗੀਆਣਾ ਤੇ ਫਕਰ ਝੰਡਾ ਬੀ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ। ਜੰਗੀਆਣਾ ਤੇ ਫਕਰ ਝੰਡਾ ਬੀ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਇੱਧਰ ਸਾਡਾ ਹੈਪੀ ਸਿੱਧੂ ਕਹਿੰਦੇ ਕੈਨਨ ਦੇ 3.5 ਲੱਖ ਦੇ ਕੈਮਰੇ ਦੇ ਨਾਲ ਇਹਨਾਂ ਕਬੱਡੀ ਦੇ ਖਿਡਾਰੀਆਂ ਦੀਆਂ ਫੋਟੋਆਂ ਖਿੱਚ ਰਿਹਾ ਤੇ ਜਿਹੜੀਆਂ ਸ਼ਿੰਗਾਰ ਵੰਡ ਗਈਆਂ ਕਹਿੰਦੇ kabaddi365.com ਦਾ ਤੇ ਬਾਅਦ ਦੇ ਵਿੱਚ ਮੇਰੇ ਵੀਰੋ ਕਿਸੇ ਦੇ ਕਹਿੰਦੇ ਲੈਪਟਾਪ ਦਾ ਤੇ ਕਿਸੇ ਦੇ ਆਈਫੋਨ ਦਾ ਵੱਖ ਵੱਖਰੇ ਫੋਨਾਂ ਦਾ ਸ਼ਿੰਗਾਰ ਵੰਡ ਗਈਆਂ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਵਾਨ ਇਸ ਵੇਲੇ ਪਾਉਂਦਾ ਹੋਇਆ ਰੇਡ ਤੇ ਜਾਫੀ ਦੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਧਾਵੀ ਦਾ ਬਿੱਟੂ ਜੀਤੇ ਵਾਲਾ ਪਾ ਰਿਹਾ ਕਬੱਡੀ ਤੇ ਲੋਪੋ ਪਿੰਡ ਦਾ ਅਮਨ ਅਗਲੀ ਰੇਡ ਦੀ ਗੱਲ ਕਰੇਗਾ। ਲਓ ਬਿੱਟੂ ਕਿਵੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਉਹਦੇ ਚਾਰ ਜਾਫੀ ਤਿਆਰ ਨੇ ਕਿ ਆ ਗਿਆ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰ ਉਹ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜੋਰ ਚੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ ਕਬੱਡੀ ਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ ਕਬੱਡੀ ਦਾ। ਬਿੱਟੂ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਤੇ ਅਗਲੀ ਕਬੱਡੀ ਕਹਿੰਦੇ ਨੌਜਵਾਨ ਧਾਵੀ ਇਸ ਵੇਲੇ ਪਾਉਣ ਦੇ ਲਈ ਖੇਡ ਵਿੱਚ ਵਾਧਾ ਹੋਇਆ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਗਾ ਕਬੱਡੀਆਂ ਹਿੱਕਾਂ ਲੱਤਾਂ ਮਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਅੱਜ ਵੱਡੀਆਂ ਤਾਕਤਾਂ ਦੇ ਕਹਿੰਦੇ ਜ਼ੋਰ ਪਰਖੇ ਜਾਣੇ ਹੈ ਇਸ ਖੇਡ ਮੈਦਾਨ ਦੇ ਵਿੱਚ। ਲਓ ਇਸ ਵੇਲੇ ਕਹਿੰਦੇ ਨੌਜਵਾਨ ਜੱਟੇ ਦੇ ਨਾਲ ਮੁਕਾਬਲਾ ਹੈ ਜੀਤੇ ਵਾਲਾ ਗੱਭਰੂ ਲਾਉਂਦਾ ਹੋਇਆ ਜਫਾ ਕਿ ਰੇਡ ਪੈਂਦੀ ਨਾਲ ਦਲੇਰੀ ਟੱਚ ਕਰਨੀ ਔਖੀ ਜਾਫੀਆਂ ਦੀ ਘੇਰੀ ਅਨਹੰਦਿਆਂ ਉੱਤੇ ਪਰਦੇ ਥਾਪੀ ਲਾਉਣੀ ਪੈਂਦੀ ਦੁਨੀਆ ਐਵੇਂ ਨਹੀਂ ਉਹ ਮੰਨਦੀ ਖੇਡ ਦਿਖਾਉਣੀ ਪੈਂਦੀ ਹੈ। ਵਾਕਈ ਕਹਿੰਦੇ ਦੁਨੀਆ ਖੇਡ ਵਿਖਾ ਕੇ ਮੰਨਦੀ ਹੈ। ਲੈ ਵੀ ਵੀਰਾ ਜਿਹੜੇ ਸਾਡੇ ਵੀਰ ਇੱਧਰਲੀ ਸਾਈਡ ਖੜੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੈਠ ਜਾਓ ਕਿਉਂਕਿ ਪਿੱਛੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਕਬੱਡੀ ਦਾ ਸਵਾਦ ਨਹੀਂ ਆ ਰਿਹਾ। ਸਾਡੀ ਹੱਥ ਬੰਨ ਕੇ ਬੇਨਤੀ ਜਿਹੜੇ ਇੱਧਰ ਦਰਸ਼ਕ ਵੀਰ ਖੜੇ ਹੈ ਪਲੀਜ਼ ਉਹ ਬੈਠ ਜਾਣ। ਲਓ ਗੋਰਾ ਰੋਮਾਣਾ ਅਜੀਤ ਸਿੰਘ ਪਿੰਡ ਦਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਨੀਲੇ ਕੋਚ ਦੀ ਕਹਿੰਦੇ ਟੀਮ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੀਲੇ ਕੋਚ ਦੇ ਨਾਲ ਹੀ ਮੁਕਾਬਲਾ ਹੋ ਚੁੱਕਿਆ ਹੈ ਤੇ ਰੋਮਾਣਾ ਅਜੀਤ ਸਿੰਘ ਦਾ ਗੋਰਾ ਜਿਹੜਾ 2018 ਦੇ ਵਿੱਚ ਜਿਹੜਾ ਕੈਨੇਡਾ ਖੇਡ ਆਇਆ ਇਸ ਵੇਲੇ ਅੱਜ ਬਾਦਲ ਪਿੰਡ ਦੇ ਵਿੱਚ ਕਹਿੰਦੇ ਮੁਕਤਸਰ ਸਾਹਿਬ ਦੀ ਧਰਤੀ ਸਮੂਹ ਬਾਦਲ ਪਰਿਵਾਰ ਦਾ ਗ੍ਰਾਮ ਪੰਚਾਇਤ ਦਾ ਤੇ ਐਨਆਰ ਮੇਰੇ ਵੀਰੋ ਨਗਰ ਨਿਵਾਸੀਆਂ ਦਾ ਇਲਾਕੇ ਨਿਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸੰਤ ਬਾਬਾ ਹੀਰਾ ਦਾਸ ਜੀ ਯਾਦਗਾਰੀ ਪਹਿਲਾ ਸ਼ਾਨਦਾਰ ਕਬੱਡੀ ਕੱਪ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਵਾਨ ਮੇਰੇ ਵੀਰੋ ਇਸ ਵੇਲੇ ਵੱਜ ਗਈ ਕੈਂਚੀ ਬੂਟੇ ਬੂਟੇ ਚੀਤੇ ਵਾਲੇ ਦੀ ਜੀਤੇ ਵਾਲੇ ਨੌਜਵਾਨ ਗੱਭਰੂ ਦੀ ਜੰਗੀਆਣਾ ਬੀ ਜੰਗੀਆਣਾ ਤੇ ਫਕਰ ਝੰਡਾ ਬੀ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ। ਜੰਗੀਆਣਾ ਤੇ ਫਕਰ ਝੰਡਾ ਬੀ ਇਹ ਦੋਨੋਂ ਟੀਮਾਂ ਨੂੰ ਵਾਰ ਵਾਰ ਬੇਨਤੀ ਹੈ ਵੀ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣਗੇ। ਅੱਜ ਦੇ ਮੁੱਖ ਮਹਿਮਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਮਾਣਯੋਗ ਮੁੱਖ ਮੰਤਰੀ ਪੰਜਾਬ ਉਹ ਵੀ ਮੇਰੇ ਵੀਰੋ ਥੋੜੇ ਸਮੇਂ ਦੇ ਵਿੱਚ ਇੱਥੇ ਪੁੱਜਣਗੇ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਬਿੱਟੂ ਦੀ ਪੈਂਦੀ ਹੋਈ ਰੇਡ। ਇੱਧਰ ਸਾਡਾ ਵੀਰ ਜਿਹੜਾ ਵੀਡੀਓ ਬਣਾ ਰਿਹਾ ਫੋਨ ਰਾਹੀਂ ਉਸ ਵੀਰ ਨੂੰ ਵੀ ਬੇਨਤੀ ਆ ਵੀ ਆਪਾਂ ਇੱਕ ਸਾਈਡ ਤੇ ਹੋ ਕੇ ਬਣਾ ਲਾ ਵੀਰਿਆ ਜਾਂ ਬਾਹਰਲੀ ਸਾਈਡ ਹੋ ਜਾ ਕਿਉਂਕਿ ਗਰਾਊਂਡ ਜਿਹੜਾ ਬਿਲਕੁਲ ਕਲੀਅਰ ਰਹਿਣਾ ਚਾਹੀਦਾ ਹੈ ਸਾਰੇ ਦਰਸ਼ਕਾਂ ਨੂੰ ਔਰ ਜਿਹੜੇ ਆ ਗਰਾਊਂਡ ਦੇ ਨਾਲ ਜੁੜੇ ਤੇ ਜਿਹੜੇ ਲਾਈਵ ਵੇਖ ਰਹੇ ਹੈ ਸਾਰਿਆਂ ਨੂੰ ਜਿਹੜੀ ਕੱਲੀ ਕੱਲੀ ਕਬੱਡੀ ਦੀ ਸਮਝ ਹੋਣੀ ਚਾਹੀਦੀ ਹੈ ਤੇ ਫੇਰ ਹੀ ਜਿਹੜਾ ਆਪਣਾ ਐਡਾ ਵੱਡਾ ਟੂਰਨਾਮੈਂਟ ਕਰਵਾਉਣ ਦਾ ਫਾਇਦਾ ਹੈ। ਅੱਜ ਬੈਸਟ ਪਲੇਅਰਾਂ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣਗੇ ਤੇ ਨਾਲ ਕਹਿੰਦੇ 51,000 ਤੇ 41,000 ਦਾ ਫਸਟ ਸੈਕਿੰਡ ਦਾ ਪ੍ਰਾਈਜ਼ ਹੋਣਾ ਹੈ ਵੱਡੇ ਮਾਨ ਸਨਮਾਨ ਹੋਣਗੇ। ਲਓ ਵੇਖੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਇਹ ਹੈ ਨੌਜਵਾਨ ਗੱਭਰੂ ਮੇਰੇ ਵੀਰੋ ਸਰਦੂਲਗੜ੍ਹ ਏਰੀਏ ਦਾ ਮੀਰਪੁਰ ਪਿੰਡ ਕਹਿੰਦੇ ਔਰ ਦੂਜੇ ਪਾਸੇ ਆਪਾਂ ਵੇਖੀਏ ਜ਼ਿਲ੍ਹੇ ਬਠਿੰਡੇ ਦਾ ਜੀਦਾ ਪਿੰਡ ਹੈ ਤੇ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਹੈ। ਫਕਰ ਝੰਡਾ ਬੀ ਤੇ ਜੰਗੀਆਣਾ ਹਜੇ ਤੱਕ ਦੋਨੋਂ ਟੀਮਾਂ ਨੇ ਗਰਾਊਂਡ ਦੇ ਵਿੱਚ ਰਿਪੋਰਟ ਨਹੀਂ ਕੀਤਾ ਵੀ ਇਹ ਟੀਮਾਂ ਜਿੰਨਾ ਦੇਰੀ ਬਿਨਾਂ ਦੇਰੀ ਬਿਨਾਂ ਕਿਸੇ ਦੇਰੀ ਗਰਾਊਂਡ ਦੇ ਵਿੱਚ ਪਹੁੰਚਣ। ਗੋਰਾ ਇਸ ਵੇਲੇ ਪਾਉਂਦਾ ਹੋਇਆ ਰੇਡ ਰਮਾਣੇ ਵਾਲੇ ਕਹਿੰਦੇ ਨੌਜਵਾਨ ਗੋਰੇ ਨੇ ਕਬੱਡੀ ਮੇਰੇ ਵੀਰੋ ਪਾ ਦਿੱਤੀ ਹੈ ਆਪਣੀ ਟੀਮ ਦੇ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੈ। ਨੀਲੇ ਦੇ ਨਾਲ ਮੁਕਾਬਲਾ ਤੇ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਪਾਵੇ ਨੌਜਵਾਨ ਅਗਲੀ ਕਬੱਡੀ ਕਿ ਲੱਥ ਜਾਂਦੀ ਭੁੱਖ ਦੇ ਕੇ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਜਿੱਤ ਪੈਰ ਆਣ ਕੇ ਅਖੀਰਾਂ ਨੂੰ ਵੇਟ ਮਾਰਦੇ ਜਿੰਮਾਂ ਦੇ ਵਿੱਚ ਜਾ ਕੇ ਤੇ ਹੋਣ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ ਵੱਡੀਆਂ ਮੱਲਾਂ ਮਾਰਨ ਵਾਲੇ ਕਹਿੰਦੇ ਕਬੱਡੀ ਦੇ ਸਟਾਰ ਜਿਹੜੇ ਅੱਜ ਪੁੱਜੇ ਹੈ
ਇਹ ਹੈ ਨੌਜਨ ਬੂਟਾ ਜਿਹਨੇ ਜੱਫਾ ਲਾ ਕੇ ਜੀਦੇ ਦੀ ਟੀਮ ਦੇ ਲਈ ਲੱਖਾਂ ਜਿਹਾ ਪੁਆਇੰਟ ਜੋੜ ਦਿੱਤਾ ਹੈ। ਹੋਰਾ ਰਮਾਣਿਆਂ ਵਾਲਾ ਗੱਭਰੂ ਜੀਦੇ ਦੀ ਟੀਮ ਵੱਲੋਂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਹੈ। ਸਾਰੇ ਪੁੱਜੇ ਹੋਏ ਰੱਬ ਵਰਗੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਛੱਡ ਕੰਮ ਕਾਰ ਕਬੱਡੀ ਦੇਖਣ ਲਈ ਆਉਂਦੇ ਆ, ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ, ਲੈਣ ਮੈਚਾਂ ਦੇ ਨਜ਼ਾਰੇ, ਕੋਈ ਬੈਠ ਕਰਕੇ ਬੋਲਦਾ ਕਬੱਡੀ ਦਾ ਜਨੂੰਨ। ਇੱਕ ਜ਼ੋਰਦਾਰ ਤਾੜੀ ਮਾਰਦੇ ਦਰਸ਼ਕ ਵੀਰੋ, ਮੈਚ ਸਮਾਪਤ ਹੈ। ਮੇਰੀ ਬੇਨਤੀ ਫੱਕਰ ਝੰਡੇ ਦੀ ਟੀਮ, ਪਲੀਜ਼ ਫੱਕਰ ਝੰਡੇ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਇਸ ਮੈਚ ਦੇ ਵਿੱਚੋਂ ਮੀਰਪੁਰ ਦੇ ਪੁਆਇੰਟ ਨੇ 5 ਤੇ ਜੀਟੇ ਦੇ ਪੁਆਇੰਟ 12.5। ਇੰਦਰਜੀਤ ਵੀਰ ਜੀ, ਜੀਟੇ ਦੀ ਟੀਮ ਜੇਤੂ ਰਹੀ ਹੈ ਜੀ। ਦੁਬਾਰਾ ਅਨਾਊਂਸ ਕੀ ਕਰਿਓ ਜੀ, ਕਿਹੜੀਆਂ ਟੀਮਾਂ ਦਾ ਮੈਚ ਹੋਣਾ? ਜੀਤੇ ਦੀ ਟੀਮ ਜੇਤੂ ਰਹੀ ਹੈ ਇੰਦਰਜੀਤ ਜੀ, ਜੀਤੇ ਦੀ ਟੀਮ ਪਹਿਲੇ ਮੈਚ ਚੋਂ ਜੇਤੂ ਹੈ। ਜ਼ੋਰਦਾਰ ਤਾੜੀਆਂ ਸ਼ਰਮ ਟੱਕਰ ਮਾਰੇ ਵਾਲੇ ਜਾਂਦੇ ਲਾ ਲਈਏ ਦੁਨੀਆਂ ਦੇ।
ਟੋਗਾਵਾਲ ਤੇ ਮਲਸੀਆਂ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਨਾ ਪੁੱਜਣ। ਜਿਵੇਂ ਰੁਪਿੰਦਰ ਨੇ ਪਹਿਲਾਂ ਦੱਸਿਆ ਵੀ ਇਹ ਪਲੇਅਰ ਸੱਦਣ ਦੇ ਲਈ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਆ, ਪਰ ਅੱਜ ਜਿਹੜੇ ਕਬੱਡੀ ਦੇ ਸਟਾਰ ਬਾਦਲ ਪਿੰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਆ ਮੇਰੇ ਵੀਰ ਜੀਤਾ ਸਰਪੰਚ ਸਲੈਂਚਾ ਵਾਲਾ ਜੱਗੇ ਢਿੱਲੋਣੀ ਨਿੱਕੇ ਬਾਦਲ ਤੇ ਨਾਲ ਸਾਡੇ ਗੋਰੇ ਵੀਰ ਹੁਣੀ ਜਿਨ੍ਹਾਂ ਨੇ ਕਹਿੰਦੇ ਇਹਨਾਂ ਪਲੇਅਰਾਂ ਨੂੰ ਜਾ ਕੇ ਸੱਦੇ ਪੱਤਰ ਦਿੱਤੇ ਹੈ ਵੀ ਸੀਐਮ ਸਾਹਿਬ ਦੇ ਪਿੰਡ ਦੇ ਵਿੱਚ ਮੈਚ ਹੈ ਔਰ ਦੁਨੀਆਂ ਦੇ ਸਟਾਰਾਂ ਨੂੰ ਬੁਲਾ ਕੇ ਅੱਜ ਕਬੱਡੀ ਦੇ ਜਿਹੜੇ ਸਿਰੇ ਦੇ ਮੈਚ ਮੇਰੇ ਵੀਰੋ ਸ਼ਾਮ ਤੱਕ ਹੋਣਗੇ। ਤਾਂ ਮੇਰੀ ਬੇਨਤੀ ਫਕਰ ਝੰਡੇ ਦੀ ਟੀਮ ਨੂੰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਉੱਧਰ ਇੰਦਰਪਾਲ ਬਾਜਵਿਆਂ ਵਾਲਾ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦਾ ਕੋਚ, ਉਹ ਵੀ ਕਹਿੰਦੇ ਜਲਾਲਪੁਰ ਦੇ ਪਾਲੇ ਨੂੰ ਲੁੱਧਰ ਨੂੰ, ਕਹਿੰਦੇ ਸੰਦੀਪ ਲੁੱਧਰ ਨੂੰ ਤੇ ਕਮਲ ਨਵੇਂ ਪਿੰਡੀਆਂ ਨੂੰ ਲੈ ਕੇ ਅੱਜ ਦੇ ਇਸ ਕਬੱਡੀ ਕੱਪ ਤੇ ਪੁੱਜਿਆ ਹੋਇਆ ਹੈ। ਵੱਡਾ ਪਿਆਰ ਹੈ ਸਾਡੇ ਜੱਗੇ ਢਿੱਲੋਣਾ ਦਾ ਸੰਦੀਪ ਨੰਗਲੰਬੀਆਂ ਵਾਲੇ ਨਾਲ। ਉਸ ਖਿਡਾਰੀ ਨੇ ਵੀ ਪੁੱਜਣਾ ਸੀਗਾ ਪਰ ਇੰਗਲੈਂਡ ਦੀ ਧਰਤੀ ਦੇ ਜਾ ਵਸਿਆ ਨੌਜਵਾਨ ਥੋੜੇ ਦਿਨ ਪਹਿਲਾਂ ਹੀ। ਤਾਂ ਉਸ ਮਾਨ ਕਬੱਡੀ ਖਿਡਾਰੀ ਦੀ ਵੀ ਆਪਾਂ ਹਾਜ਼ਰੀ ਇਸ ਪਿੰਡ ਦੇ ਵਿੱਚ ਲਵਾਉਂਦੇ ਹਾਂ। ਮੇਰੀ ਬੇਨਤੀ ਫੱਕਰ ਝੰਡੇ ਦੀ ਟੀਮ ਨੂੰ, ਉਹ ਟੀਮ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਫੱਕਰ ਝੰਡਾ। ਉਸ ਤੋਂ ਬਾਅਦ ਮਲਸੀਆਂ ਤੇ ਟੋਗਾਵਾਲ, ਇਹ ਵੀ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਆ ਬਈ ਸਟੇਜ ਦੇ ਅੱਗੇ ਵਾਲੀਆਂ ਕੁਰਸੀਆਂ ਸਾਰੀਆਂ ਖਾਲੀ ਕਰ ਦਿਓ ਬਈ, ਟੀਮਾਂ ਨੇ ਬੈਠਣਾ ਇੱਥੇ। ਆ ਬਈ ਬੇਨਤੀ ਆ, ਜਿਹੜੀਆਂ ਸਟੇਜ ਦੇ ਅੱਗੇ ਕੁਰਸੀਆਂ ਪਈਆਂ ਕਿਰਪਾ ਕਰਕੇ ਖਾਲੀ ਕਰ ਦਿਓ ਬਈ, ਟੀਮਾਂ ਨੇ ਬੈਠਣਾ ਇੱਥੇ। ਆ ਦੁਲਚਾ ਜੀ ਤੁਹਾਨੂੰ ਵੱਖਰਾ ਕਹੀਏ। ਬਾਈ ਨਿੱਕੇ ਨਿੱਕੇ ਆ ਯਾਰ, ਸਾਰਾ ਖਾਲੀ ਕਰਾਇਆ ਰੱਖੋ ਉਧਰ ਪੌੜੀਆਂ ਤੇ ਫੱਟ ਗਿਆ। ਜਿਹੜੀ ਟੀਮ ਦੇ ਜਿਹੜੇ ਪਲੇਅਰ ਆ ਰਹੇ ਆ ਪਲੀਜ਼ ਜਲਦੀ ਨਾਲ ਖੇਡ ਮੈਦਾਨ ਦੇ ਉੱਤੇ ਪੁੱਜਣ। ਉਧਰ ਜੀਤਾ ਸਰਪੰਚ ਸਲੈਂਚਾ ਵਾਲਾ ਖਿਡਾਰਨ ਵੇ ਇੱਥੇ ਕੋਈ ਵਿਸ਼ੇਸ਼ ਤੌਰ ਤੇ ਸਾਡਾ ਵੀਰ ਆਪਣੇ ਸਾਥੀਆਂ ਦੇ ਨਾਲ ਸ਼ਾਹਕੋਟ ਤੋਂ ਪੁੱਜਾ ਹੋਇਆ ਉੱਥੇ ਯਾਰ ਬਾਈ, ਜਿਹਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਕੀਤਾ ਜਾਣਾ ਹੈ। ਜੀਤਾ ਸਰਪੰਚ ਸਲੈਂਚਾ ਵਾਲਾ ਸ਼ਾਹਕੋਟ ਤੋਂ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਦੇ ਨਾਲ ਜਿੰਨੇ ਹੋਰ ਵੀਰ ਪੁੱਜੇ ਹੈ ਉਹਨਾਂ ਨੂੰ ਵੀ ਜੀਆ ਨੂੰ ਆਖਦੇ ਹੈ। ਵਿਸ਼ੇਸ਼ ਤੌਰ ਤੇ ਕਹਿੰਦੇ ਮਾਨ ਸਨਮਾਨ ਕੀਤਾ ਜਾਣਾ। ਆਪਣੇ ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਬਈ ਯਾਰ ਸਟੇਜ ਖਾਲੀ ਕਰਾਓ ਯਾਰ, ਸਟੇਜ ਤੇ ਬਹੁਤ ਜਾਣੇ ਬਾਹਰੋਂ ਪਬਲਿਕ ਆ ਕੇ ਬੈਠ ਗਈ ਸਾਰੀ। ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਦਾ ਬਹੁਤ ਵੱਡਾ ਨਾਮ ਹੈ, ਜਿੱਥੇ ਸਰਪੰਚ ਉਹਨਾਂ ਦੀ ਟੀਮ ਹੈ, ਉੱਥੇ ਵੈਨਕੂਵਰ ਕਬੱਡੀ ਕਲੱਬ ਦੇ ਸਾਰੇ ਅਹੁਦੇਦਾਰ ਜਿਹੜੇ ਇਸ ਟੀਮ ਦੇ ਨਾਲ ਜੁੜੇ ਹੋਏ ਹੈ। ਉੱਥੇ ਸੰਦੀਪ ਨੰਗਲੰਬੀਆਂ ਕਹਿੰਦੇ ਇੰਗਲੈਂਡ ਤੋਂ ਕਬੱਡੀ 365.com ਦੇ ਨਾਲ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ। ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਬਈ ਸਟੇਜ ਤੇ ਆਉਣ ਯਾਰ, ਸਟੇਜ ਖਾਲੀ ਕਰਾਉਣ।
ਪੰਜਾਬ ਪੁਲਿਸ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਉਹਨਾਂ ਨੂੰ ਬੇਨਤੀ ਹੈ ਵੀ ਪ੍ਰਬੰਧਕਾਂ ਦੇ ਵੱਲੋਂ ਇੱਧਰ ਡਿਊਟੀ ਪੰਜਾਬ ਪੁਲਿਸ ਦੇ ਡੰਡੇ ਤੋਂ ਕਹਿੰਦੇ ਡੰਡੇ ਵਾਲੇ ਦਾ ਯਾਰ ਜਵਾਨਾ ਹੈ ਫੱਕਰ ਝੰਡੇ ਦੀ ਟੀਮ ਦੇ ਜਿਹੜੇ ਪਲੇਅਰ ਹਲੇ ਤੱਕ ਨਹੀਂ ਪੁੱਜੇ ਪਲੀਜ਼ ਜਲਦੀ ਨਾਲ ਗਰਾਊਂਡ 'ਚ ਆ ਜਾਣ ਫੱਕਰ ਝੰਡਾ ਆ ਸਟੇਜ ਖਾਲੀ ਕਰਾ ਕੇ ਦਿਓ ਵੀ ਪਿੱਛੋਂ ਸਾਰਾ ਸਾਨੂੰ ਕੋਈ ਮਰਜ਼ੀ ਹੋਵੇ ਸਾਰੇ ਠਾ ਦਿਓ ਇੱਥੋਂ ਫੱਕਰ ਝੰਡਾ ਦੀ ਫੱਕਰ ਝੰਡਾ ਬੀ ਇਹ ਟੀਮ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪਹੁੰਚੇ ਫੱਕਰ ਝੰਡਾ ਬੀ ਆ ਪਿੱਛੋਂ ਸਾਰਾ ਖਾਲੀ ਕਰਾ ਦਿਓ ਜੀ ਆ ਪਿੱਛੋਂ ਸਾਰੇ ਦੂਸਰੇ ਪਬਲਿਕ ਬੈਠੀ ਹੈ ਸਾਰੀ ਜਿਹੜੇ ਵਲੰਟੀਅਰ ਆ ਜਿੰਨਾ ਡਿਊਟੀ ਆ ਉਹੀ ਇਕੱਲੇ ਸਟੇਜ ਤੇ ਰਹਿਣ ਵੀ ਬਾਕੀ ਸਾਰੇ ਥੱਲੇ ਉੱਤਰ ਜੋ ਬਾਅਦ ਆਖੋ ਕੋਈ ਬੋਲ ਪਿਆ ਅੱਗੇ ਕਿੰਨਾ ਕਿੰਨਾ ਟਾਈਮ ਦੇਣਾ ਜੀ ਪ੍ਰਬੰਧਕ ਸਾਹਿਬ ਕਿਉਂਕਿ ਮੈਚ ਅੱਜ ਤਕਰੀਬਨ ਮੇਰਾ ਖਿਆਲ ਆ ਵੀ 14 ਕਿ ਟੀਮਾਂ ਹੈ ਤੇ ਮੈਚ ਸਿਰੇ ਲਈ ਆਉਣੇ ਆ ਇੱਕ ਜਿਹੜੀ ਖਾਸੀਅਤ ਉਹ ਇਸ ਮੇਲੇ ਦੀ ਇਹ ਆ ਵੀ ਅੱਜ ਪਲੇਅਰ ਮਾਲਵੇ ਦੇ ਦੁਆਬੇ ਦੇ ਤੇ ਮਾਝੇ ਦੇ ਸਾਰੇ ਕਹਿੰਦੇ ਪਲੇਅਰ ਪੁੱਜੇ ਹੋਏ ਆ ਹਰਦੇਵ ਫੱਕਰ ਝੰਡੇ ਵਾਲਾ ਤੇ ਕਹਿੰਦੇ ਤਾਬਾ ਸੁਰ ਸਿੰਘ ਦਾ ਮਾਝੇ ਦਾ ਮਜਾਇਲ ਜੱਟ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਿਆ ਇੱਕ ਖਿਡਾਰੀ ਨੂੰ ਤੁਸੀਂ ਵਰਲਡ ਵੇਵ ਲੀਗ ਦੇ ਵਿੱਚ ਖੇਡਦਾ ਦੇਖਿਆ ਹਰਜੀਤ ਫੱਕਰ ਝੰਡੇ ਵਾਲਾ ਉਹ ਵੀ ਨੌਜਵਾਨ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁੱਜ ਗਿਆ ਹੈ ਹਰਜੀਤ ਫੱਕਰ ਝੰਡੇ ਵਾਲਾ ਆਹ ਮੈਚ ਵੀ ਕਹਿੰਦੇ ਸਿਰੇ ਦਾ ਖੇਡਿਆ ਜਾਣਾ ਹੈ ਉਧਰ ਜੀਤਾ ਸਰਪੰਚ ਸਲੈਚਾਂ ਦਾ ਅੱਜ ਕਹਿੰਦੇ ਸਾਰੀਆਂ ਟੀਮਾਂ ਨੂੰ ਲੈ ਕੇ ਅਗਲੇ ਮੈਚ ਦੇ ਲਈ ਤੋਗਾਂਵਾਲ ਤੇ ਮਲਸੀਆਂ ਦੀਆਂ ਟੀਮਾਂ ਦੇ ਪਲੇਅਰ ਜਿਹੜੇ ਤਿਆਰ ਰਹਿਣ ਤੋਗਾਂਵਾਲ ਤੇ ਮਲਸੀ ਸਮੂਹ ਨਗਰ ਨਿਵਾਸੀ ਮੇਰੇ ਵੀਰੋ ਸੰਤ ਬਾਬਾ ਹੀਰਾ ਦਾਸ ਦੀ ਯਾਦ ਦੇ ਵਿੱਚ ਇਹ ਪਹਿਲਾ ਸ਼ਾਨਦਾਰ ਕਬੱਡੀ ਕੱਪ ਬਾਦਲ ਪਿੰਡ ਦੇ ਵਿੱਚ ਕਰਵਾ ਰਹੇ ਹੈ ਜਿੱਥੇ ਕਬੱਡੀ ਦੇ ਸਟਾਰ ਪੁੱਜੇ ਹੋਏ ਹੈ ਮੇਰੀ ਬੇਨਤੀ ਮੈਚ ਜਲਦੀ ਦੇ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ ਇੱਧਰ ਸਾਡੇ ਪੱਤਰਕਾਰ ਵੀਰ ਦਰਸ਼ਨ ਸਿੰਘ ਜੀ ਜਟਾਣਾ ਜਗਬਾਣੀ ਦੇ ਲਈ ਕੱਲ੍ਹ ਨੂੰ ਗੱਲ ਕਰਨਗੇ ਜਟਾਣਾ ਸਾਹਿਬ ਸਾਰੇ ਪਲੇਅਰਾਂ ਦਾ ਵੇਰਵਾ ਤੁਸੀਂ ਲਿਖ ਲਿਓ ਕਿਉਂਕਿ ਸਾਰੇ ਪਲੇਅਰਾਂ ਦਾ ਜ਼ਿਕਰ ਕਰਦੇ ਹੋ ਵੀ ਬਾਦਲ ਪਿੰਡ ਦੇ ਵਿੱਚ ਜਿਹੜੇ ਐਡੇ ਵੱਡੇ ਸਟਾਰ ਜਿਹੜੇ ਮਹਿੰਗੇ ਮੁੱਲ ਦੇ ਖਿਡਾਰੀ ਉਹ ਅੱਜ ਖੇਡ ਰਹੇ ਹੈ ਲੋ ਬਹੁਤ ਤਕੜਾ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਆ ਮੈਚ ਕਹਿੰਦੇ ਟੌਪ ਦਾ ਮੈਚ ਹੋਣਾ ਮੇਰੀ ਵੀਰੋ ਇੱਕ ਪਾਸੇ ਕਹਿੰਦੇ ਟੀਮ ਜੰਗੀਆਣੇ ਦੀ ਜ਼ਿਲ੍ਹੇ ਬਰਨਾਲੇ ਭਦੌੜ ਦੇ ਲਾਗੇ ਜੰਗੀਆਣਾ ਪਿੰਡ ਹੈ ਬੜਾ ਮਸ਼ਹੂਰ ਪਿੰਡ ਤੇ ਦੂਸਰੇ ਪਾਸੇ ਸਰਦੂਲਗੜ੍ਹ ਇਲਾਕੇ ਦੀ ਫੱਕਰ ਝੰਡੇ ਦੀ ਟੀਮ ਕਿ ਹੋਰ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਧਾਵੀ ਅਤੇ ਜਾਫੀਆਂ ਦਾ ਜਿਹਨੂੰ ਏੜ ਗੇੜ ਕਹਿੰਦੇ ਗੁੱਟ ਫੜ ਟਾਈਗਰਾਂ ਨੇ ਕੈਂਚੀ ਉਦੋਂ ਲਾਉਣੀ ਆ
चीते जंप एटम ने कौडी अज पानी है, चीते जंप एटम ने कौडी अज पानी है, एन सिरे दी कबड्डी मेरे वीरो शाम तक होनी है। एक पासे जिला मानसा दा कहंदे फकर झंडा पिंड है, साहब श्री गुरु गोविंद सिंह जी महाराज दी चरणा दी शुभ प्राप्त धरती है। और दूजे पासे जंगियाना ये भी कहंदे बाजा खाना बरनाला रोड ते स्थित है, प्रसिद्ध लोक गायक भुपिंदर गिल दा पिंड है। ते अज कहंदे लाभ हीरा गल करूं मेरे वीरों के मुंडे कौडी खेडण भी खेडण विच खाड़े आके चेहरे दगदे शेरां दे रखदे डौलियां नूं लिशका के दुनिया पहुंची जांदी है दूरों नेड़े हुमाम आके। सिंह फस गए कुंडियां दे मित्रा बह जा गोडी लाके। ये गीत कहंदे लाभ हीरे ने पहला गीत गाया सीगा ते मक्खण बराड़ ने लिखिया सीगा, पर अज हर एक पंजाब दा सिंगर हर एक पंजाब दा जिहड़ा हीरो ये लोचदा है भी मैं कबड्डी की फिल्म करा जा मैं कबड्डी का गीत गावा ते दुनिया दे विच प्रसिद्ध हो जावा। इधर कहंदे टीम जंगियां ने जी गुरुद्वारा साहब वाली साइड ते दूसरे पासे फकर झंडा, बाप तकड़ा खेड़ा पुत दी चरत भी पाउंदा है रेड़ नाल पूरी मड़क भी पाउंदा है रेड़ नाल पूरी मड़क भी। यह सुल्तान शमशपुरिया ताड़ी मार दे दर्शक नी और इसे नौजवाना सुल्तान तेरी है जिले पटियाले तो पहुंचा होया सुल्तान कहंदे जिन्हों वर्ल्ड कप दे विच तुसी खेड़दा वेख्या है, पर आ खिडारी कहंदे हरजीत दे नां दे नाल जाणा जांदा। इक ओ हरजीत बाजे खाने दा बराड़ ਜਿਹੜਾ ਕਹਿੰਦੇ ਭਰ ਜਵਾਨੀ ਦੇ ਵਿੱਚ ਸਾਥੋਂ ਸਦਾ ਲਈ ਵਿਛੜਿਆ ਕਿ ਇਸ ਦੁਨੀਆ ਤੇ ਫੇਰ ਨਹੀਂ ਆਉਣਾ, ਦਿਲ ਨੂੰ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬਣਦਾ ਏ ਬਾਜੇ ਖਾਨੇ ਵਾਲਾ। ਇਹ ਹੈ ਨੌਜਵਾਨ ਫੱਕੇ ਝੰਡੇ ਵਾਲੇ ਬਿੰਦੀ ਦਾ ਪੁੱਤਰ, ਬਜ਼ੁਰਗ ਬੈਠੇ ਆ ਉਹ ਉਹਨਾਂ ਨੂੰ ਦੱਸ ਦਈਏ ਵੀ ਬਿੰਦੀ ਦਾ ਮੁੰਡਾ ਹੈ ਜਿਹੜਾ ਇਸ ਵੇਲੇ ਕਬੱਡੀ ਪਾ ਕੇ ਵਾਪਸ ਗਿਆ ਫੱਕਰ ਝੰਡੇ ਵਾਲੇ ਦਾ। ਇਹ ਕੁਲਪ੍ਰੀਤ ਬੜਾਇਆ ਵਾਹੀ ਵਾਲਾ ਨੌਜਵਾਨ ਹੁਸ਼ਿਆਰਪੁਰੀ ਹੈ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ, ਬਲਦੇਵ ਫੱਕਰ ਝੰਡੇ ਵਾਲੇ ਦੇ ਨਾਲ ਕਹਿੰਦੇ ਮੁਕਾਬਲਾ ਲਾ ਕੁਲਪ੍ਰੀਤ ਤੇ ਕਹਿੰਦੇ ਬਲਦੇਵ ਦੇ ਦਰਮਿਆਨ ਪਈ ਹੋਈ ਟੱਕਰ ਤੇ ਪੁਆਇੰਟ ਕੁਲਪ੍ਰੀਤ ਬੜਾਲਾ ਮਾਹੀ ਦਾ ਨੌਜਵਾਨ। ਦਰਸ਼ਕਾਂ ਦੀ ਮੰਗ ਆ ਰਹੀ ਹੈ ਜੀ ਜਿਹੜੇ ਵਾਧੂ ਵੀਰ ਨੇ ਜਾਂ ਖਿਡਾਰੀ ਨਹੀਂ ਖੇਡ ਰਹੇ ਪਲੀਜ਼ ਉਹ ਇੱਕ ਸਾਈਡ ਤੇ ਹੋ ਕੇ ਬੈਠ ਜਾਣ, ਲੈ ਵੀ ਬਾਈ ਤੇਰੀ ਪੀਤੀ ਹੈ ਦਾਰੂ, ਪਲੀਜ਼ ਬਾਹਰਲੀ ਸਾਈਡ ਹੋ ਜਾ, ਇਹ ਗਰਾਊਂਡ ਹੈ ਜਿਹੜਾ ਪਵਿੱਤਰ ਹੈ, ਮੇਰੀ ਹੱਥ ਬੰਨ ਕੇ ਬੇਨਤੀ ਹੈ ਤੇਰੇ ਤੇਰਾ ਇੰਨਾ ਹੀ ਵਾਧੂ ਹੈ, ਮੈਂ ਤੈਨੂੰ ਪਹਿਲਾਂ ਵੀ ਪਿਆਰ ਨਾਲ ਕਿਹਾ ਸੀਗਾ ਵੀ ਦਾਰੂ ਪੀ ਕੇ ਕਬੱਡੀ ਦੀ ਗਰਾਊਂਡ ਦੇ ਵਿੱਚ ਕੋਈ ਨਾ ਆਵੇ, ਪੰਜਾਬ ਪੁਲਿਸ ਵੇਖ ਲੈ ਕਿਹੜੇ ਹਿਸਾਬ ਨਾਲ ਹੈ, ਫੇਰ ਨਾ ਆਖੀ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ। ਇਹ ਆ ਕਹਿੰਦੇ ਜ਼ਿਲ੍ਹੇ ਤਰਨ ਤਾਰਨ ਦਾ ਤਾਬਾ ਸੁਰ ਸਿੰਘ ਦਾ, ਆਓ ਵੇਖੋ ਨੌਜਵਾਨ ਇੱਕ ਵਾਰੀ ਰੈਫਰੀ ਦੇ ਨਾਂ ਤੇ ਤਾੜੀ ਮਾਰ ਦਿਓ ਮੇਰੇ ਵੀਰਿਓ। ਇਹ ਆ ਬਬਲੂ ਕਹਿੰਦੇ ਇਸ ਵੇਲੇ ਹਰਿਆਣੇ ਵਾਲਾ ਲਓ ਸੁਲਤਾਨ ਮੇਰੇ ਵੀਰਿਓ ਪਹਿਲਵਾਨ ਕਰਤਾਰ ਸਿੰਘ ਦਾ ਪੇਂਡੂ ਹੈ ਮੇਰੇ ਵੀਰੋ, ਸੁਰ ਸਿੰਘ ਦੀ ਧਰਤੀ ਹੈ, ਤਰਨ ਤਾਰਨ ਜ਼ਿਲ੍ਹਾ ਹੈ ਇਸ ਗੱਭਰੂ ਦਾ ਮੇਰੇ ਵੀਰੋ। ਇਸ ਵੇਲੇ ਬਾਬਾ ਬੁੱਢਾ ਜੀ ਦੇ ਲਾਗੇ ਕਹਿੰਦੇ ਝਬਾਲ ਦੇ ਲਾਗੇ ਇਸ ਨੌਜਵਾਨ ਦਾ ਸੁਰ ਸਿੰਘ ਪਿੰਡ ਹੈ। ਲਓ ਇਸ ਵੇਲੇ ਪੈਂਦੀ ਹੋਈ ਕਬੱਡੀ ਤਾਬਾ ਸੁਰ ਸਿੰਘ ਦਾ ਗੋਪੀ ਫਰੰਦੀਪੁਰੀਏ ਦਾ ਯਾਰ ਹੈ, ਪਰ ਜੰਗੀਆਣੇ ਦਾ ਪਾਲੀ ਕਹਿੰਦੇ ਜੱਫਾ ਨਹੀਂ ਲਾ ਸਕਿਆ ਤੇ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ।
चल भी सुल्तान पा भी गभरूआ कबड्डी जेड़े सुल्तान की खेड नू प्यार करते हो ताड़ी जरूर मार के दसणगे। लो वेखो खेड मैदान दे विच इह है सुल्तान शमशपुर दा जिले पटियाले दा, कहिंदे पटियाले दी खूबसूरत कोई उत्थों दी प्रसिद्धि है। यह है नौजवान भादसो फतेहगढ़ साहब के एरिए दा, पर दूजे पासे कहिंदे हरदेव फकर झंडे वाला जफा नहीं ला सकिया ते पॉइंट सुल्तान जंगियाने दी टीम दे लई जुड़दा होया। तोगा वाल ते मलसियां ਧੁੰਦੜ ਤੇ ਫੱਕਰ ਝੰਡਾ ਇਹ ਟੀਮਾਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ। ਇਧਰ ਹਰਜੀਤ ਨੌਜਵਾਨ ਫੱਕਰ ਝੰਡੇ ਵਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਇਸ ਨੌਜਵਾਨ ਦੇ ਫਾਦਰ ਸਾਹਿਬ ਨੇ ਵੀ ਤਕੜੀ ਕਬੱਡੀ ਖੇਡੀ ਹੈ ਮੇਰੇ ਵੀਰੋ। ਬਿੰਦੀ ਫੱਕਰ ਝੰਡੇ ਵਾਲੇ ਦਾ ਪੁੱਤਰ ਹੈ, ਆਏ ਫਰੀਦਕੋਟੀ ਹੈ, ਕਿਹਦਾ ਅੜਬ ਸੁਭਾਅ ਮਾਰੇ ਪੁੱਠੇ ਸਿੱਧੇ ਦਾ ਰਹਿੰਦਾ ਰੇਡਰਾਂ ਨੂੰ ਢਾ ਕਾਮੇ ਦਾ ਤਾਵੀਆਂ ਨੂੰ ਪੁੱਠੇ ਕਰਨਾ। ਖੇਡੇ ਟੌਪ ਦੀ ਕਬੱਡੀ ਲੋਕੋ ਡੱਗੋ ਵਾਲਾ ਸ਼ਰਨਾ, खेडे टॉप की कबड्डी। पर पॉइंट जिहड़ा इसलिए शर्मे ने अपनी टीम के हिस्से जोड़ दिता है कि कट कबूतर बिन पर तो बहुत ही चिर उड़दे ना, उमर वक्त पानी कदे पछाह नू मुड़दे ना, उमर वक्त पानी कदे पछाह नू मुड़दे ना। कबड्डी वालेओ कई बारी रैफरी तो हो जाता पर अपील अपूल कर लिया करो, गल ना पिया करो, इन्नी क बेनती नू स्वीकार करो। जिले हुशियारपुर का नौजवान जिस धरती ने अंबाला जट्टा दे तोखी वर के बलविंदर लैवी सिरे दा जफ्फा है, जे ते जफ्फे दा नजारा है एक बारी ललकारा मार के जरूर दस्सो मेरे पंजाबी वीरो। ऐन सिरे दी गल होनी है। उधर जीता सरपंच पुज्जा होया सलैचा वाला है, यारी है कहिंदे जगे जंडियां वाले दे नाल अज यारियां पगाउण दे लई कहिंदे कबड्डी दे स्टार बादल पिंड दे विच पुज्जे हुए है। और सरदार प्रकाश सिंह जी बादल मुख्यमंत्री पंजाब वह भी थोड़े समय के दरम्यान पुजन जा रहे हैं। लो सामने ताबा माझे का मझैल जट ते कहिंदे कुलविंदर जंगियाने वाला गभरू, लो पाऊ जफाक नहीं मित्रों, लो ताबा सुर सिंह का कहिंदे फक्कर झंडे की टीम के लिए लखा जा पॉइंट जोड़ता होया। तोगा वाल ते मलसियां ये टीमां जल्दी दे नाल बिना किसी देरी ते ग्राउंड दे विच आ जाण। तोगा वाल ते मलसियां ये टीमां नूं मेरी बार बार बेनती है भी वह बिना किसी देरी ते ग्राउंड दे विच आउण। ये है सुल्तान मेरे पंजाबी वीरो, वाह सुल्तान एक पासे हरदेव फकर झंडे का है, दूजी कनी ते अंबू कल कलां दा, विचकार बलदेव वर्गे खिडारी। हुण चारा जाफियां दी घुमदी होई चैन, चारा दे विचों कौन बिजली बोर्ड दे करंट वांगू चुंबड़दा है, आया जाफी कहिंदे बलदेव, पर दूजे पासे नौजवान सुल्तान इस वेले कबड्डी पा के पॉइंट लैके वापस जांदा होया। ये है नौजवान मेरे वीरो शमशपुर कहिंदे भादसो तहसील का पिंड है जिले पटियाले पिंड। जिहड़े वीर जिहड़े प्लेयर नहीं खेल रहे निक्का जी आपां बिठा दीए, इन्हां सारे वीरां नूं आपां बिठा दीए क्योंकि दर्शकां नूं आनंद लैण दिओ। खेड कबड्डी दा अज दुनिया के महान खिडारी मेरे वीर पुज्जे होए है, नौजवान हरजीत ते गोपी जंगियाने वाले नूं टच करके। हरजीत फकर झंडे वाला गभरू 1975 दे विच कहिंदे लंबी दीआं खेडां दे विच हरजीत फकर झंडे वाले दा बाप है जिहड़ा वो बेस्ट रेडर रहा। तो सरदार प्रकाश सिंह जी बादल साहब उस समय भी जेडे मुख्यमंत्री सन पंजाब के, तो उन्होंने स्पैशली ये बाप को सम्मान किया उदो लंबी दे 1975 दे विच इहदा बाप खेडिया। तो अज कहिंदे 2015 पुत जिहड़ा स्टार बन के खेड रहा है। लो इधर खेड मैदान नौजवान हुशियारपुरिया वडाला माही पिंड है, कुलप्रीत सिंह की पई हुई कबड्डी ते कहिंदे जिले मोगे का घल कला पिंड मेरे पंजाबी वीरो, बल्ले 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 जीत्या सरपंचा मुबारकबाद है तेनू तेरे साथियों नू, जगे ढलोणा नू, इंद्रपाल बजमे वाले नू, इधर भीमे उन्हां नू कहिंदे मुबारकबाद है, निक्के गोरे उन्हां नू सारे वीरां नू, पर खेड मैदान दे विच मेरे वीरो ए है शरणा टगोर मारे दा स्वाद मेरे वीरो, ए है कबड्डी मेरे पंजाबी वीरो। पंजाबी पहली बार हो रहा भी पहले राउंड च ही सिरे दे मैच मेरे वीरो पंजाब दे विच पहले राउंड दे विच ते पहले ही सिरे दे मैच होण, ए पहली बार अज बादल पिंड दे विच इतिहास रचा जा रहा मेरे वीरो। तोगा वाल ते मलसियां ते पहली बार ही होया भी माझा मालवा ते दुआबे दे जिहड़े खिडारी है वह मेरे वीर पूरी क्रीम पुजी हुई है। जब वर्ल्ड कप होया उदो कहिंदे देशां विदेशां तो क्रीमां सदियां कबड्डी दियां, ते अज कहिंदे बादल पिंड दे विच पिंड पद्धर दा जिहड़ा मैच हो रहा है,
ਤੇ ਅੱਜ ਜਿਹੜੀ ਪੂਰੇ ਪੰਜਾਬ ਦੀ ਕ੍ਰੀਮ ਹੈ ਜਿਹੜੀ ਖੇਡ ਮੈਦਾਨ ਦੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ। ਸੁਲਤਾਨ ਜਿਹੜੇ ਪਟਿਆਲੇ ਦਾ ਮੁੰਡੇ ਮੁਸ਼ਪੁੱਟ ਗੱਭਰੂ ਸੋਹਣੇ ਸ਼ਹਿਰ ਪਟਿਆਲੇ ਦੇ ਦਿਲ ਵੱਟੇ ਦਿਲ ਨਹੀਂ ਵਟਾਉਂਦੇ ਸ਼ਹਿਰ ਪਟਿਆਲੇ ਦੇ, ਪਰ ਦੂਜੇ ਪਾਸੇ ਕਹਿੰਦੇ ਨੌਜਵਾਨ ਇਹ ਹੈ ਸਰਦੂਲ ਗੜੀਆ ਫੱਕਰ ਝੰਡੇ ਪਿੰਡ ਦਾ ਨੌਜਵਾਨ ਗੱਭਰੂ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾ ਜੁੜਿਆ। ਸਿਰੇ ਦਾ ਮੈਚ ਹਰਜੀਤ ਇਸ ਵੇਲੇ ਕਬੱਡੀ ਪਾ ਰਿਹਾ, ਬਲਵਿੰਦਰ ਬਿੰਦੀ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਦੁਨੀਆ ਦਾ ਮਹਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰ ਚਾਰ ਜਾਫੀ ਚਾਰਾਂ ਦੇ ਵਿੱਚੋਂ ਕਹਿੰਦੇ ਦੋ ਕਾਲੀਆਂ ਨਿਕਰਾਂ ਵਾਲੇ ਸਕੇ ਭਰਾ ਆਇਆ ਗੁਰਪ੍ਰੀਤ ਜੰਗੀਆਣੇ ਵਾਲਾ, ਜਿਹਨੇ ਡੌਲੇ ਦੇ ਉੱਤੇ ਆਪਣੇ ਸ਼ਹੀਦ ਭਗਤ ਸਿੰਘ ਦੀ ਫੋਟੋ ਖਣਵਾਈ ਹੋਈ ਹੈ। ਗੁਰਪ੍ਰੀਤ ਜੰਗੀਆਣੇ ਪਿੰਡ ਦਾ ਲਓ ਜੱਫੇ ਦਾ ਸਵਾਦ ਆਇਆ, ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ। ਹਾਂ ਸਵਾਦ ਵਜਿਆ ਪਿਆ ਹੈ ਕਿ ਆਉਂਦਾ ਹੈ ਸਵਾਦ, ਪੰਜਾਬੀਆਂ ਨੂੰ ਕਬੱਡੀ ਦੇ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕਿ ਪਾਉਂਦਾ ਧਾਵੀ ਰੇਰ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ। ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ, ਇਹ ਗੱਲ ਸੋਹਲਾ ਨੇ ਸੱਚ ਮਿੱਤਰੋ। ਰੈਫਰੀ ਕਹਿੰਦੇ ਬਬਲੂ ਸਖਤੇ ਖੇਡੇ ਵਾਲਾ ਹੈ। ਲੈ ਵੀ ਬਬਲੂ ਜਿਹੜੇ ਐਕਸ਼ਨ ਤੇਰੇ ਬਾਜੇ ਖਾਨੇ ਦੇ ਵਿੱਚ ਵੇਖੇ ਅੱਜ ਪਤਾ ਨਹੀਂ ਕਿੰਨੇ ਕੁ ਸਾਲਾਂ ਬਾਅਦ ਉਹ ਐਕਸ਼ਨ ਦੁਬਾਰਾ ਫਿਰ, ਅੱਜ ਵੀ ਮਿਹਰ ਹੈ ਸਾਡੇ ਵੀਰ ਤੇ ਕਿਉਂਕਿ ਸਰੀਰ ਦੀ ਫਿਟਨੈਸ ਦੇ ਨਾਲ ਹੀ ਕਹਿੰਦੇ ਇਹ ਐਕਸ਼ਨ ਹੁੰਦੇ ਹੈ। ਪਰ ਸਾਡੀ ਬੇਨਤੀ ਹੈ ਵੀਰ ਜੀ, ਭੀਮਾ ਜੀ, ਇੱਧਰ ਜਿਹੜੇ ਵੀਰ ਖੜੇ ਆ ਉਹਨਾਂ ਨੂੰ ਬੇਨਤੀ ਆ ਜੀ ਆਪਾਂ ਜਾਂ ਤਾਂ ਬਾਹਰਲੀ ਸਾਈਡ ਹੋ ਜਾਈਏ ਤੇ ਜਾਂ ਉੱਧਰਲੀ ਸਾਈਡ ਹੋ ਜਾਈਏ, ਕਿਉਂਕਿ ਇਹ ਜਿਹੜੇ ਕੈਮਰੇ ਚੱਲ ਰਹੇ ਆ ਲਾਈਵ ਵਿਖਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਕਬੱਡੀ 365.com ਦੇ ਜ਼ਰੀਏ। ਬੇਨਤੀ ਆ ਜੀ ਇੱਥੋਂ ਥੋੜ੍ਹਾ ਆਪਾਂ ਸਾਈਡ 'ਤੇ ਹੋ ਜਾਈਏ, ਬੜੀ ਮਿਹਰਬਾਨੀ। ਲਓ ਤਾਬਾ ਸੁਰ ਸਿੰਘ ਪਿੰਡ ਦਾ ਮੇਰੇ ਵੀਰ ਇਸ ਵੇਲੇ ਕਬੱਡੀ ਪਾ ਰਿਹਾ, ਸੁਰ ਸਿੰਘ ਪਿੰਡ ਦਾ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਹੈ, ਜਿਹੜੇ ਪੰਜਾਬ ਪੁਲਿਸ ਦੇ ਵੀ ਕਹਿੰਦੇ ਉੱਚ ਅਹੁਦੇ ਤੇ ਰਹੇ ਹੈ। ਔਰ ਦੂਜੇ ਪਾਸੇ ਜ਼ਿਲ੍ਹੇ ਫਰੀਦਕੋਟ ਦਾ ਬਾਬਾ ਫਰੀਦ ਜੀ ਦੀ ਧਰਤੀ ਸਵਾਦ ਕਰਤਾ ਹੋਏ ਨੌਜਵਾਨ, ਜੇ ਤਾਂ ਮੈਚਾਂ ਦਾ ਦਿਲੋਂ ਸਵਾਦ ਆ ਰਿਹਾ, ਇੱਕ ਲਲਕਾਰਾ ਮਾਰ ਕੇ ਦੱਸ ਦਿਓ ਦਰਸ਼ਕ ਜੀ ਨੂੰ ਐਨ ਸਿਰੇ ਦੀ ਕਬੱਡੀ ਜਿਹੜੀ ਹੋ ਰਹੀ ਹੈ। ਲੈ ਵੀ ਲੋਪੋ ਵਾਲਿਆ ਗੱਲ ਉਹ ਹੋਣੀ ਹੈ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ, ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਇਸ ਮੈਚ ਦੇ ਵਿੱਚ ਜ਼ਿਆਦਾ ਜੱਫੇ ਲੱਗਦੇ ਹੈ, ਦਰਸ਼ਕਾਂ ਨੂੰ ਜ਼ਿਆਦਾ ਸਵਾਦ ਆਉਂਦਾ ਹੈ। ਉਧਰ ਸੰਦੀਪ ਨੰਗਲੰਬੀਆਂ ਵਾਲਾ ਵੀ ਜੁੜਿਆ ਹੋਇਆ ਕਬੱਡੀ 365.com ਦੇ ਨਾਲ, ਜੀਤੇ ਸਲੈਂਚਾ ਵਾਲੇ ਦਾ ਜੱਗੇ ਉਹਨਾਂ ਦਾ ਯਾਰ ਮੇਰੇ ਵੀਰੋ ਜੰਡੀਆਂ ਵਾਲਿਆਂ ਦਾ, ਜੇ ਅੱਜ ਪੰਜਾਬ ਆਉਂਦਾ ਤੇ ਜ਼ਰੂਰ ਪੁੱਜਦਾ, ਅਗਲੇ ਸਾਲ ਸੰਦੀਪ ਕਹਿੰਦਾ ਵੀ ਜ਼ਰੂਰ ਇਸ ਮੇਲੇ ਤੇ ਪੁੱਜਾਂਗੇ ਕਿਉਂਕਿ ਯਾਰੀ ਹੈ। ਜੱਗੇ ਢਿੱਲੋਂ ਦੇ ਨਾਲ ਜੰਡੀਆਂ ਵਾਲੇ ਦੇ ਨਾਲ, ਜੀਤੇ ਸਲੈਂਚਾ ਵਾਲੇ ਸਰਪੰਚ ਦੇ ਨਾਲ ਮੇਰੀ ਬੇਨਤੀ, ਫੈਸਲਾ ਕੀ ਹੈ ਜੀ? ਫੈਸਲਾ ਵੀ ਇਹ ਪੁਆਇੰਟ ਸੁਲਤਾਨ ਸੁਲਤਾਨ ਨੇ ਆਪਣੀ ਟੀਮ ਦੇ ਲਈ ਜੋੜ ਸਕਦਾ ਹੈ। ਇਸ ਵੇਲੇ ਮੇਰੀ ਪਲੇਅਰਾਂ ਨੂੰ ਬੇਨਤੀ ਹੈ ਵੀ ਅਪੀਲ ਕਰ ਸਕਦੇ ਹੈ, ਰੈਫਰੀ ਦੇ ਨਾਲ ਕੋਈ ਕਿੰਤੂ ਪਰੰਤੂ ਨਹੀਂ ਕਰਨੀ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ। ਅਗਲੇ ਮੈਚ ਦੀਆਂ ਟੀਮਾਂ ਮਲਸੀਆਂ ਤੇ ਤੋਗਾਂ ਵਾਲ, ਇਹ ਟੀਮਾਂ ਪਲੀਜ਼ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ, ਮਲਸੀਆਂ ਤੇ ਤੋਗਾਂ ਵਾਲ। ਲਓ ਰੇਡ ਪਾਓ ਜੀ ਖੇਡ ਮੈਦਾਨ ਦੇ ਵਿੱਚ, ਕਿ ਦੋਹੀ ਹੱਥੀ ਲੱਡੂ ਵੀ ਕਦੇ ਨਾ ਭੋਰੀਏ, ਉਂਗਲੀ ਨੂੰ ਲਾ ਕੇ ਨਿਆਣਾ ਤੋਰੀਏ ਆਸ।